ਦਰਬਾਰ ਸਾਹਿਬ ਅਜਾਇਬ ਘਰ ਦੇ ਵਿੱਚ ਰਾਏ ਬਲਾਰ ਭੱਟੀ ਦੀ ਤਸਵੀਰ ਜਿਹੜੀ ਹੈ ਉਹ ਲਗਾਈ। ਰਾਏ ਬਲਾਰ ਦਾ ਉਹ ਪਰਿਵਾਰ ਹੈ ਜਿਸ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਬਾਲ ਅਵਸਥਾ ਦੇ ਵਿੱਚ ਹੀ ਗੁਰੂ ਤਸਵੀਰ ਕੀਤਾ, ਜਿਸ ਵੇਲੇ ਅਲਾਉਦੀਨ ਖਿਲਜੀ ਨੇ ਹਿੰਦੁਸਤਾਨ ਤੇ ਹਮਲਾ ਕੀਤਾ। ਇੱਕ ਬਹਾਦਰ ਨੌਜਵਾਨ ਲੰਬਾ ਸਮਾਂ ਉਸਦੇ ਨਾਲ ਲੜਦਾ ਰਿਹਾ, ਉਹਦਾ ਨਾਮ ਸੀ ਰਾਣਾ ਰਾਓ ਭੱਟੀ। ਰਾਣਾ ਰਾਓ ਭੱਟੀ ਜਦੋਂ ਬਿਲਕੁਲ ਹਾਰ ਦੀ ਕਗਾਰ ਦੇ ਉੱਪਰ ਸੀ ਤਾਂ ਉਸ ਵੇਲੇ ਸੋ ਫੜ ਲਿਆ ਗਿਆ, ਅਲਾਉਦੀਨ ਖਿਲਜੀ ਦੇ ਸਾਹਮਣੇ ਪੇਸ਼ ਕੀਤਾ ਤੇ ਅਲਾਉਦੀਨ ਖਿਲਜੀ ਨੂੰ ਕਹਿੰਦਾ, ਲੜਿਆ ਬੜੀ ਬਹਾਦਰੀ ਦੇ ਨਾਲ ਲਿਆ, ਵੈਸੇ ਮੈਂ ਆਪਣਾ ਦੁਸ਼ਮਣ ਕਦੀ ਜਿੰਦਾ ਨਹੀਂ ਛੱਡਿਆ, ਪਰ ਮੈਂ ਤੈਨੂੰ ਮਾਰ ਨਾ ਦਿੱਤਾ। ਜੇਕਰ ਤੂੰ ਮੇਰੇ ਧਰਮ ਦੇ ਵਿੱਚ ਆ ਜਾਵੇਂ ਤੇ ਮੈਂ ਤੈਨੂੰ ਹਜ਼ਾਰਾਂ ਏਕੜ ਜ਼ਮੀਨ ਬਖਸ਼ਿਸ਼ ਕਰਦਾ। ਇਸ ਨੂੰ ਪੰਜਾਬ ਦੇ ਇਲਾਕੇ ਵਿੱਚ ਬਹੁਤ ਵੱਡੀ ਜ਼ਮੀਨ ਦਿੱਤੀ ਗਈ ਔਰ ਉਸੇ ਪਰਿਵਾਰ ਦੀ 8ਵੀਂ ਪੀੜ੍ਹੀ ਦੇ ਕਿਰਾਏ ਹੋਏ ਜਿਹਨੂੰ ਰਾਏ ਪੁਸ਼ ਉੱਥੇ ਜ਼ਮੀਨ ਮਿਲਦੀ ਹੈ ਔਰ ਉਹ ਜਿਹੜੀ ਜ਼ਮੀਨ ਹੈ ਰਾਏ ਹੋਏ ਦਾ ਪੁੱਤਰ ਰਾਏ ਬਲਾਰ ਭੱਟੀ ਗੁਰੂ ਨਾਨਕ ਸਾਹਿਬ ਦੇ ਨਾਮ ਦੇ ਉੱਪਰ 1750 ਮਰਬਾ ਜ਼ਮੀਨ ਲਾਉਂਦਾ ਹੈ। ਇੱਕ ਮੁਸਲਮਾਨ ਜਿਹੜਾ ਉਹ ਆਪਣੀ ਅੱਧੀ ਜਾਇਦਾਦ ਜਿਹੜੀ ਹੈ ਉਹ ਗੁਰੂ ਸਾਹਿਬ ਦੇ ਨਾਂ ਕਰ ਰਿਹਾ, ਇਹਦਾ ਮਤਲਬ ਉਹਦੇ ਉੱਪਰ ਵੀ ਪਰਮਾਤਮਾ ਦੀ ਇੱਕ ਵਿਸ਼ੇਸ਼ ਬਖਸ਼ਿਸ਼ ਕਿ ਉਸ ਨੇ ਇੰਨੀ ਛੋਟੀ ਉਮਰ ਦੇ ਵਿੱਚ ਗੁਰੂ ਸਾਹਿਬ ਦੀ ਅਜ਼ਮਤ ਨੂੰ ਛਾੜੀ।